ਇਹਦੀ ਖਾਸੀਅਤ ਕੀ ਹੈ? ਇਹ ਹੈ ਕੀ? ਇਹ ਪਹਿਲੀ ਵਾਰ ਐਮਐਲਏ ਬਣਿਆ, ਇਹਨੂੰ ਮੰਤਰੀ ਬਣਾ ਦਿਆ, ਇਹਦੀ ਭੈਣ ਰੁੱਸ ਕੇ ਭੱਜ ਗਈ। ਇਹਦੀ ਕੁਆਲੀਫਿਕੇਸ਼ਨ ਮੈਂ ਦੱਸਦਾ, ਬ੍ਰਹਮਪੁਰਾ ਛੱਡ ਕੇ ਚਲਿਆ ਗਿਆ ਮੇਰਾ ਬਜ਼ੁਰਗ। ਕਿੰਨੇ ਹੀ ਅਕਾਲੀ ਦਲ ਵਾਲੇ ਬੰਦੇ ਸਾਰੇ ਅਕਾਲੀ ਦਲ ਛੱਡ ਕੇ ਅਕਾਲੀ ਦਲ ਨੂੰ ਖਾਲੀ ਦਲ ਬਣਾ ਗਏ। ਇਹਦੀ ਖਾਸੀਅਤ ਪਤਾ ਕੀ ਹੈ? ਇਹ ਲੰਬੂ ਦੀ ਗੰਨੇ ਤੋਂ ਗੰਢੇਰੀ ਮਿੱਠੀ, ਗੁੜ ਤੋਂ ਮਿੱਠਾ ਰਾਲਾ, ਭਾਈ ਤੋਂ ਭਤੀਜਾ ਪਿਆਰਾ, ਸਭ ਤੋਂ ਪਿਆਰਾ ਸਾਲਾ। ਇਹ ਸਾਲਾ ਹੈ ਉਹ ਸਾਲਿਆ ਸੁਖਬੀਰ ਦਿਆ, ਲੜਾਈ ਤੇਰੇ ਨਾਲ ਥੋੜਾ ਨਾ, ਅਸੀਂ ਤਾਂ ਝੋਟਾ ਮਾਰਨਾ ਮਿੱਤਰਾ ਝੋਟਾ। ਤੂੰ ਤਾਂ ਚਿੱਚੜ ਹੈ, ਜਦੋਂ ਜਾਨਵਰ ਮਰਦਾ ਤੇ ਜੂਆਂ ਸਹਿਕਦੇ ਸਹਿਕਦੇ ਜਾਨਵਰ ਚੋਂ ਨਿਕਲ ਜਾਂਦੀਆਂ, ਤੇਰੇ ਵਰਗੀਆਂ ਜੂਆਂ ਨਾਲ ਲੜਾਈ ਥੋੜਾ ਨਾ। ਜਿਸ ਬੰਦੇ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਹੋਵੇ ਵੋਟਾਂ ਖਾਤਰ, ਜਿਸ ਬੰਦੇ ਨੇ ਪੰਜਾਬ ਨੂੰ ਵੰਡਿਆ ਹੋਵੇ ਵੋਟਾਂ ਖਾਤਰ, ਜਿਸ ਬੰਦੇ ਨੇ ਰਾਜਨੀਤੀ ਦਾ ਧੰਦਾ ਬਣਾਤਾ ਹੋਵੇ, ਔਰ ਰਾਜਨੀਤੀ ਇੰਨੀ ਗੰਦੀ ਇੰਨੀ ਮੈਲੀ ਕਰਤੀ ਹੋਵੇ ਕਿ ਹਰ ਚੀਜ਼ ਬਾਬਾ ਨਾਨਕ ਤੋਲਦਾ ਰਿਹਾ, ਤੇਰਾ ਤੇਰਾ ਤੇਰਾ, ਸੁੱਖਾ ਗੱਪੀ ਕਹਿੰਦਾ ਮੇਰਾ ਮੇਰਾ, ਮੇਰੇ ਠੇਕੇ, ਮੇਰੀਆਂ ਬੱਸਾਂ, ਸਭ ਕੁਛ ਮੇਰਾ। ਡਰਾ ਡਰਾ ਕੇ ਕਿਰਪਾਨਾ ਰੱਖ ਕੇ ਨਾ ਲੋਕਾਂ ਦੇ ਬਿਜ਼ਨਸ ਹੋਏ। ਇਹ ਕਹਿੰਦਾ ਸਿੱਧੂ ਦੀ ਇੱਕ ਮੈਨੂੰ ਉਪਲਬਧੀ ਦੱਸੋ। ਹੈਂ, ਝੂਠ ਬੋਲੇ ਕਹੂਆ ਕਾਟੇ। ਮੈਂ ਇਹਨੂੰ ਕਹਿੰਦਾ ਤੂੰ ਆਪਣੇ ਬਾਪ ਦਾਦੇ ਨਕੜ ਦਾਦੇ ਚੱਕੜ ਦਾਦੇ ਤੇ 35 ਪੁਸ਼ਤਾਂ ਦੇਖ, ਤੇ ਜੇ 35 ਪੁਸ਼ਤਾਂ ਦੇ ਵਿੱਚੋਂ ਬਾਬੇ ਦੇ ਆਸ਼ੀਰਵਾਦ ਨੇ ਕਿਸੇ ਨੇ ਕਰਤਾਰਪੁਰ ਦਾ ਲਾਂਘਾ ਖਲਾਇਆ ਹੋਵੇ ਤੇ ਮੇਰੇ ਨਾਲ ਗੱਲ ਕਰੀ ਹੋਵੇ। ਕਿ ਰਾਜਾ ਜੇ ਵਪਾਰੀ ਹੋਏ ਤੇ ਜਨਤਾ ਨੂੰ ਖਤਰਾ, ਤੇ ਰਾਜਾ ਦੇ ਚਿੱਟੇ ਦਾ ਵਪਾਰੀ ਹੋਏ ਤੇ ਅਗਲੀ ਪੀੜ੍ਹੀ ਨੂੰ ਖਤਰਾ। ਮੇਰਾ ਇਲੈਕਸ਼ਨ ਅਗਲੇ ਇਲੈਕਸ਼ਨ ਵਾਸਤੇ ਨਹੀਂ, ਮੇਰਾ ਇਲੈਕਸ਼ਨ ਅਗਲੀ ਪੀੜ੍ਹੀ ਦੇ ਵਾਸਤੇ। ਇਹ ਭਗੌੜਾ ਹੋ ਕੇ ਆਇਆ, ਇਹ ਜੂ ਹੈ ਜੂ ਸੁਖਬੀਰ ਦੀ, ਉਹ ਸਹਿਕਦਾ ਅਕਾਲੀ ਦਲ ਖਾਲੀ ਦਲ ਹੋਈ ਤੁਰ ਜਾਂਦਾ। ਇਹਨਾਂ ਨੂੰ ਲੱਗਦਾ ਵੀ ਜੇ ਸਿੱਧੂ ਆ ਗਿਆ ਬਦਲਾਵ ਕਰੂ, ਜੇ ਸਿੱਧੂ ਆ ਗਿਆ ਨਵਾਂ ਸਿਰਜਨ ਕਰੂ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਲੋਕ ਇਹ ਸੋਚਣ ਔਰ ਇਹ ਦੇਖਣ ਇਹ ਕੀ ਸ਼ੜਯੰਤਰ ਚੱਲ ਰਿਹਾ। ਅਸੀਂ ਝੋਟਾ ਮਾਰਨਾ ਝੋਟਾ, ਚਿੱਚੜ ਆਪੇ ਮਰ ਜਾਣੇ ਆ ਮਜੀਠੀਏ ਵਰਗੇ, ਇਹਦੀ ਤਾਂ ਕੋਈ ਔਕਾਤ ਹੀ ਹੈ ਨਹੀਂ। ਅਤੇ ਮੈਂ ਇਹ ਵੀ ਕਹਿ ਰਿਹਾ ਔਰ ਛਾਤੀ ਠੋਕ ਕੇ ਕਹਿ ਰਿਹਾ ਕਿ ਪੰਜਾਬ ਮਾਡਲ ਬਦਲੇਗਾ। ਮਾਫੀਆ ਰਾਜ ਘਬਰਾਇਆ ਹੋਇਆ, ਰਾਤਾਂ ਦੀ ਨੀਂਦ ਉੱਡੀ ਹੈ, ਔਰ ਉਹ ਮਾਫੀਆ ਰਾਜ ਇਕੱਠਾ ਹੋ ਕੇ ਜਿਹੜਾ ਬਦਲਾਵ ਕਰੂਗਾ ਉਹਨੂੰ ਢਾਉਣ ਆਇਆ ਗੰਨੇ ਚੂਪਣ ਨੂੰ, ਬਾਂਦਰੀ ਡੰਡੇ ਖਾਣ ਨੂੰ ਰਿੱਛ। ਇਸ ਕਰਕੇ ਆਉਣ ਵਾਲਾ ਸਮਾਂ ਪੰਜਾਬ ਦੇ ਭਵਿੱਖ ਦਾ, ਪੰਜਾਬ ਦੇ ਨੌਜਵਾਨ ਦੇ ਭਵਿੱਖ ਦਾ। ਅਸੀਂ ਐਸਾ ਮੈਨੀਫੈਸਟੋ ਦੇਵਾਂਗੇ ਤੁਹਾਨੂੰ ਜਿਹੜਾ ਹਰ ਵਰਗ ਦੇ ਲਈ 5000 ਰੁਪਏ ਦੇ ਨਹੀਂ ਕਰੇਗਾ, ਔਰਤਾਂ ਨੂੰ 1100, 8 ਸਿਲੰਡਰ ਫ੍ਰੀ, ਬੱਚਿਆਂ ਦੀ ਪੜ੍ਹਾਈ, 2% ਜ਼ਮੀਨਾਂ ਉਹਨਾਂ ਦੇ ਨਾਂ ਨੇ, ਜਿਹੜਾ ਜ਼ਮੀਨ ਟ੍ਰਾਂਸਫਰ ਕਰਾਊ ਰਜਿਸਟਰੀ ਫ੍ਰੀ, 5 ਲੱਖ ਲੋਕਾਂ ਨੂੰ ਰੁਜ਼ਗਾਰ, 40 ਤੋਂ 50 ਹਜ਼ਾਰ ਰੁਪਈਏ ਸ਼ਹਿਰ ਦੇ ਬੰਦੇ, ਅਰਬਨ ਇੰਪਲੋਇਮੈਂਟ ਗਾਰੰਟੀ ਮਿਸ਼ਨ ਸ਼ਹਿਰ ਦੇ ਲਈ, ਕਾਰੋਬਾਰੀਆਂ ਦੇ ਲਈ, ਵਪਾਰੀਆਂ ਦੇ ਲਈ, ਇੰਸਪੈਕਟਰ ਰਾਜ ਖਤਮ, ਵੈਟ ਦੇ ਰਿਫੰਡ ਪੂਰੇ, ਵੱਡੇ ਵਪਾਰੀਆਂ ਦੇ ਲਈ ਬਿਜਲੀ ਜਿੱਥੋਂ ਮਰਜ਼ੀ ਖਰੀਦ ਸਕਦੇ ਟ੍ਰਾਂਸਫਰ ਕਰਕੇ ਦੇਵਾਂਗੇ। ਸਿੰਗਲ ਵਿੰਡੋ ਸਿਸਟਮ ਨਾਲ ਕੰਮ ਹੋਏਗਾ, ਸਰਕਾਰ ਲੋਕਾਂ ਦੇ ਦੁਆਰ ਜਾਏਗੀ, ਜਿੰਨੇ ਲਾਇਸੈਂਸ, ਬਰਥ ਸਰਟੀਫਿਕੇਟ, ਡੈਥ ਸਰਟੀਫਿਕੇਟ, ਘਰਾਂ ਦੇ ਨਕਸ਼ੇ, 170 ਸਰਵਿਸਿਜ਼ ਘਰ ਬੈਠੇ ਦੇਵਾਂਗੇ। ਮੈਂ ਠੁੱਕ ਕੇ ਕਹਿੰਦਾ ਸਾਰਾ ਮਾਫੀਆ ਰਾਜ ਮੁਕਾ ਕੇ ਉਹਨੂੰ ਸੈਂਟਰ ਦੀਆਂ ਸਕੀਮਾਂ 'ਚ ਪਾ ਕੇ ਡਬਲ ਕਰਕੇ ਦੇਵਾਂਗੇ ਔਰ ਸੋਸ਼ਲ ਵੈਲਫੇਅਰ ਸਕੀਮਾਂ 'ਚ ਪਾਵਾਂਗੇ। ਸਭ ਤੁਹਾਨੂੰ ਹਰਾਉਣ ਵਾਸਤੇ ਕਿਤੇ ਨਾ ਕਿਤੇ ਕਾਂਗਰਸੀ ਵੀ ਜ਼ੋਰ ਲਗਾ ਰਹੇ ਨੇ, ਕਿਉਂਕਿ ਡਾਕਟਰ ਨਵਜੋਤ ਕੌਰ ਸਿੱਧੂ ਕਹਿ ਰਹੇ ਨੇ ਕਿਤੇ ਨਾ ਕਿਤੇ ਸ਼ਰਿਯੰਤਰ ਰਚਿਆ ਜਾ ਰਿਹਾ ਕੈਪਟਨ ਸਾਹਿਬ ਵੱਲੋਂ, ਬੀਜੇਪੀ ਵੱਲੋਂ, ਕਿ ਸਿੱਧੂ ਨੂੰ ਦਬਾਇਆ ਜਾਵੇ। ਉਹ ਕਹਿੰਦਾ ਕਾਂਗਰਸੀ ਹੈ ਜਿਹੜਾ ਮੈਨੂੰ ਕਹਿੰਦਾ ਸੀਗਾ ਵੀ ਦਰਵਾਜ਼ੇ ਬੰਦ ਹੋ ਗਏ ਤਾਂ ਲੱਤਾਂ ਪਈਆਂ, ਉਹ ਤਾਂ ਇੰਜਣ ਵੀ ਸੀਜ਼ ਹੋਇਆ ਪਿਆ, ਉਹ ਤਾਂ ਘਰੋਂ ਨਹੀਂ ਬਾਹਰ ਨਿਕਲਦਾ। ਉਹ ਤਾਂ ਇਹ ਦੇਖਦੇ ਆ ਵੀ ਜੇ ਸਿੱਧੂ ਆ ਗਿਆ ਸਾਡੇ ਪੋਤੜੇ ਖੋਲ ਦੂ।
सीएम कैंडिडेट चेत सिंह का नाम जारी कहोगे? जरूरी मेरी गल न सुनो, कच्चा समय देखो ये इतराज तो नहीं है सीएम चन्नी मान जान का। मेरी गल सुन यार, देखो जाखड़ साहब का अपना अधिकार है, अज लोग वोटा पा रहे हैं, अज लोग वोटा पा रहे हैं और लोगों ने बनाना एम एल ए, जो एम एल ए बने ताइए मुख्यमंत्री बनू, एम एल ए बनाने से मुख्यमंत्री क्यों बन जू? हाँ जी देखो मेरी गल सुन, जाखड़ साहब जो मर्जी कह, यह ना उन्होंने हाथ है ना मेरे हाथ है, पंजाब के लोगों के हाथ, लोग फैसला करे, असी पॉलिसियां दईए, असी एजेंडा दईए, असी करना की वह तो दसीए, क्या वह तो दस गलत है जड़ा दस दू चंगे तरीके, लोग उधर तुरंत।